ਗੁੱਡ ਮਾਰਨਿੰਗ। ਸੋ ਅਸੀਂ ਇੰਗਲੈਂਡ ਵਿੱਚ ਗਾਣਾ ਬਹੁਤ એનર્ਜੈਟਿਕ ਆ ਗੋਟ ਸੌਂਗ ਦਾ ਨਾਮ ਹੈਗਾ ਗੋਟ। ਸੋ ਸਿੱਧੂ ਬਾਈ ਦਾ ਗਾਣਾ ਕਿਡ ਦਾ 뮤직 ਸੋ ਸੈਮ ਡੀਓਪੀ ਸਾਡੇ ਜਾਨੀ ਸਾਹਿਬ ਅਸਿਸਟੈਂਟ ਤੇ ਗੁਰੀ ਇੰਗਲੈਂਡ ਟੀਮ 10+1 ਯੂਕੇ ਮੈਂ ਵੀ ਐਡਵਾਂਸ ਲੈ ਜਾਂਦਾ ਸਾਹਿਬ ਦਾ ਕੋ ਅੰਦਰ ਦਾ ਖੁਸ਼ ਜਿਹਾ ਹੋ ਗਿਆ। ਸੋ ਬਹੁਤ ਵਧੀਆ ਲੱਗ ਰਿਹਾ ਅਸੀਂ ਦੁਬਈ ਤੋਂ ਆਏ ਆ। ਦੁਬਈ ਤੋਂ ਬਾਅਦ ਵਿੱਚ ਸਾਡਾ ਅੱਜ ਇੱਥੇ ਪਹਿਲਾ ਦਿਨ ਆ। ਪੋਜ਼ਿਟਿਵ ਵੀ ਹੋ ਗਏ ਸੀ ਅਸੀਂ ਕਰੋਨਾ ਸਾਰੀ ਟੀਮ ਹੀ ਮੈਂ ਵੀ ਹਾਂ ਆ ਨੀਲੀ ਬਸ ਇਹਨਾਂ ਨੇ ਰੰਗ ਚੇਂਜ ਕਰਾਤੇ ਨਹੀਂ ਇਹ ਰਜੀਤ ਭਾਈ ਦਾ ਇਹ ਬਾਦਲਾਂ ਦੀਆਂ ਆ ਇਹ ਮਸ਼ਹੂਰੀ ਦੇ ਨੇ ਬਾਦਲਾਂ ਦੀਆਂ ਨਾ ਬਾਦਲ ਦਾ ਰੰਗ ਨਾ। ਹਾਂਜੀ ਭਾਜੀ ਹਾਂਜੀ ਹਾਂਜੀ ਰੈਡੀ ਆ ਆਪਣੀ ਤੁਸੀਂ ਉਧਰੋਂ ਅੱਗੇ ਲੈ ਆਜੋ 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 ਭਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਵੈਲਕਮ ਟੂ ਸਾਡਾ ਬਲੌਗ ਅਤੇ ਅਸੀਂ ਸਿੱਧੂ ਬਾਈ ਦਾ ਗਾਣਾ ਸ਼ੂਟ ਕਰ ਰਹੇ ਹਾਂ ਅਤੇ ਬੜਾ ਹੀ ਸਾਡਾ ਰਿਸਕੀ ਸ਼ੌਟ ਹੈ ਬਹੁਤ ਹੀ ਜ਼ਿਆਦਾ ਰਿਸਕੀ ਸ਼ੌਟ ਆ। ਰਿਸਕ ਇੱਦਾਂ ਕਿ ਅਸੀਂ ਬਹੁਤ ਹੀ ਬਿਜ਼ੀ ਰੋਡ 'ਤੇ ਖੜ੍ਹੇ ਹਾਂ ਟਨਲ 'ਚ ਦਿਖਾ ਦਿਓ ਟਨਲ ਪਿੱਛੇ ਇਹ ਇੱਦਾਂ ਕਰਕੇ ਬਲੌਗ ਕਰ ਦੇਣੀ ਹੈ ਡੈਡ ਲੌਕ ਇੱਥੇ ਹੀ ਦਿੱਤਾ ਹੁਣ ਕਿਹੜਾ ਗਾਣਾ ਇਹ ਬਾਈ ਬੈਂਡ ਦਾ ਸ਼ੂਟ ਚੱਲ ਰਿਹਾ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਬਿਲਕੁਲ ਵਧੀਆ ਨਹੀਂ ਫੀਲ ਹੋ ਰਿਹਾ ਗੱਡੀ 'ਚ ਬਿਠਾ ਕੇ ਕਹਿੰਦੇ ਵੀ ਗੱਡੀ ਚਲਾਉਣੀ ਆ ਫੀਲਿੰਗ ਵਾਲੋ ਗੱਡੀ ਚੱਲਦੀ 'ਚ ਕਹਿੰਦੇ ਗੱਡੀ ਬੈਠਣ ਵਾਲੀ ਫੀਲਿੰਗ ਪਰ ਫਿਰ ਵੀ ਅਸੀਂ ਬੰਦੇ ਗਲਤ ਕੰਮ ਕਰਾ ਰਹੇ ਹਾਂ 10 ਦਿਨ ਕੁਆਰੰਟਾਈਨ ਕਰਾ ਕੇ ਬਣੂਆ ਕੁਝ ਕਰਨਾ ਪੈ ਰਿਹਾ ਜੀ ਬਹੁਤ ਵਧੀਆ ਸ਼ੂਟ ਚੱਲ ਰਿਹਾ ਜੀ ਸਾਰੇ ਘੈਂਟ ਘੈਂਟ ਗਾਣੇ ਭਾਅ ਜੀ ਦੇ ਸ਼ਕਤੀ ਕਪੂਰ ਅੰਗੋ ਠੀਕ
ਕਿਡ ਹੋਣੀ ਇੰਗਲੈਂਡ ਪਹੁੰਚ ਚੁੱਕੇ ਆ ਦੁਬਈ ਇਸ ਪਾਸਟ ਹਿਸਟਰੀ ਬਣ ਚੁੱਕਿਆ ਦੁਬਈ ਸੋ ਕਿਡ ਵੀਰੇ ਦਾ ਵੀ ਅਸੀਂ ਸਰਪ੍ਰਾਈਜ਼ ਇੱਕ ਰੈਡੀ ਹੈ ਦੱਸਾਂਗੇ ਤੁਹਾਨੂੰ ਛੇਤੀ ਬੇ ਬੇ